ਕੋਡਾ ਜਿਹੜਾ ਨਾ ਫੋਲਡ ਨਾ ਕਰਿਆ ਫੋਲਡ ਨਾ ਕਰੀ ਬੱਜੀ ਹੋਏ ਨਾ ਹਾਂ ਆ ਨਵੇਂ ਨੋਟ ਆ ਸਾਰੇ ਆ ਨਹੀਂ ਪੁਰਾਣੇ ਨਹੀਂ ਆ ਚੱਲ ਜਾਂਦੇ ਆ ਸੇਰ ਦਾ ਵੀ ਠੰਡ ਦੇ ਸਾਰਾ ਸਿਆਪਾ ਵਾ ਮੈਂ ਸਿਰ ਉਹ ਹੀ ਓਏ ਗੁੱਡੀਆ ਕੀ ਭਰਾਵਾ ਇੰਨੇ ਤਾਂ ਪੈਸੇ ਵੀ ਨਹੀਂ ਹੈਗੇ ਉਹ ਨਹੀਂ ਫਿਰ ਭਰਾ ਤੂੰ ਕਰ ਦੇ ਫਿਰ ਉਹ ਪਰਾਂ ਹੋਈ ਓਏ ਸ਼ੀਦਾ ਸਾਹਿਬ ਲਈ ਫ੍ਰੀ ਸੇਵਾ ਚਾਹੇ ਬੱਸ ਸਟੈਂਡ ਹੋਏ ਪਾ पैलेस पहुंचे इन्ने काम ही यार सवेरे 8 बजे की पग बन्नी हुई है सारे काम मुका के यार पूरा फ्री हो के हम आप रिजोर्ट पहुंच चुके वेलकम बैक टू चैनल गाइस बाकी यार उस हल तक आया नहीं कोई भी ना हर्ष ना जस ना करन कोई भी हल तक नहीं पहुंचे कोई बस पहुंचन गए दे रही यार स्लिप दे दियो एंटर होंगे गोल गप्पे पई है कि चाट लायो चाट लाए चाट नहीं है नहीं है चाट बाकी जो चाट बाहर है बाहर है इन्हें बाहर है रेडी लगी बाहर है रेडी मार सूजी वाले ला दो अंकल जी बाजी जो होंगे आन दो सूजी वाले बाजी सूजी वाले लगा देना अदा अदा वो यार फिर तू ना करती हो निगाह पई हुई यार सत श्री अकाल जी गुड मॉर्निंग टाइम सवेर के 10 बजे कल विआह तो यार इन्ना क ज़्यादा बिजी ही ना तो ला लो कि रोटी भी जाके 5 बजे खाधी इन्हें काम कर रही तो चंगी तरह विआह इंजॉय भी नहीं होया चलो तो गल वक्री यार घर का विआह ही काम कर होंगे ही आ सो कल व्लॉग सोचा ही विआह तो बनावांगे यार पर टाइम ही नहीं लग्या पर कोई चक्कर नहीं तो हुण मैं आया वां जी सवेर के 10 बजे बैंक एक बैंक का बहुत जरूरी काम करना वा तो नाल दूजा काम जी थोड़ा कैश विड्रॉ करना वा करंसी एक्सचेंज करवानी है हूँ जे करंसी एक्सचेंज करवानी है तो कित बाहर चलने जी हाँ कि इंटरनेशनल ट्रिप कर लगे हाँ तो अज बड़े जरूरी काम यार बैंक स्टेटमेंट कढ़ानी आ 2-3 होर काम तो एक VFS की अपॉइंटमेंट भी चकनी आ सो वह भी एक बड़ा जरूरी काम तो करंसी एक्सचेंज करवानी है USD INR तो USD कराने तो USD हले मिल नहीं रहे शायद शाम तक मिल जाए तो 2-3 दिन तक दिल्ली जाना वा फिर दिल्ली तो फ्लाइट है अगे कितों की वो तुम फिर हूँ यार यूट्यूब बनाई तुम थोड़ा सस्पेंस तो रहना ही पैना रखना ही पैना तुम थोड़ा जहा सो वो तुम अगले आने वाले ब्लॉग पता लगेगा हूँ सब तो पहले आया बैंक बैंक यार मेरे घर तो ला लो कि 8-9 किलोमीटर दूर आ तो बैंक आई दा वो महीने के बाद कितने तो बड़ा दूर पैंता यार बैंक हूँ कैश विड्रॉ करना क्योंकि ATM की लिमिट हैगी 40,000 पर डे तो कैश थोड़ा ज़्यादा 800-900 USD चाहिए आ सो वो क्यों चाहिए वह भी तुम दसागे सारा सो हम पहला बैंक का काम निपटाइए कैश विड्रॉ करिए तो फिर अगे मिलते हैं आ जाओ सर तुम आ जाओ कल सवेरे 6 बजे उठे ही तो अज फिर यार 8 बजे उठ गया वा एक तो नींद नहीं पूरी होती कोई चक्कर नहीं है गोडा जो ना फोल्ड ना कराया गोडा फोल्ड ना कराया ठीक ठाक
ਸਿਰਫ ਇੰਨੇ ਕੁ ਏਰੀਏ 'ਚ ਮੈਂ ਪੱਟੀ ਬਰਨਾ 10 ਮਿੰਟ ਤੁਸੀਂ ਆ ਬਾਂਹ ਇਕੱਠੀ ਕਰੋ 10 ਮਿੰਟਾਂ ਬਾਅਦ ਤੁਸੀਂ ਬਾਂਹ ਸਿੱਧੀ ਕਰਕੇ ਦਿਖਾ ਦਿਓ ਪਰ ਕੀ ਅੰਕਲ ਮੈਂ ਬਾਹਰ ਜਾਣਾ ਵਾ ਤਾਂ ਕਰਕੇ ਮੈਂ ਕਹਿਣ ਲੱਗਾ ਇੱਥੇ ਦਵਾਈ 4 ਦਿਨ ਖਾਧੀ 2-4 ਦਿਨ ਵੱਧ ਖਾਂਦੇ ਖਾ ਲੈਂਦੇ ਮੈਨੂੰ ਕੋਈ ਚੱਕਰ ਨਹੀਂ ਆ ਅੱਜ ਕੱਲ੍ਹ ਆ ਗਿਆ 46 ਦਿਨ ਹਾਂ ਠੀਕ ਹੈ ਇਹਨਾਂ ਤੁਹਾਨੂੰ ਨਹੀਂ ਪਤਾ ਵੀ ਸੁੱਕੀ ਠੰਡ ਪੈਣ ਡਈ ਹੈ ਹੁਣ ਬਾਰਿਸ਼ਾਂ ਕਰਕੇ ਥੋੜ੍ਹਾ ਮੌਸਮ ਦਾ ਫਰਕ ਪਿਆ ਹੈ ਨਹੀਂ ਤਾਂ ਅਜੇ ਬਾਰਿਸ਼ ਵੀ ਨਹੀਂ ਹੁੰਦੀ ਤਾਂ ਪਤਾ ਨਹੀਂ ਕੀ ਲੱਕਾਂ ਦਾ ਬੰਨਾ ਉਹ ਮੈਂ ਅੰਦਰ ਅੱਗ ਬਾਲ ਕੇ ਬੈਠਾ ਜੀ ਆਹੋ ਬੁਖਾਰ ਤੇ ਉਹਦਾ ਹੀ ਸਿਰ ਦਾ ਠੰਡ ਦਾ ਸਾਰਾ ਸਿਆਪਾ ਵਾ ਬਸ ਉਹੀ ਓਏ ਗੁੱਡੀਆਂ ਕੀ ਵੀਰ ਜਿੱਥੇ ਹੋਵੇ ਉੱਥੇ ਗੁੱਡੀਆਂ ਨਾ ਉਹ ਵਾਂ ਕਰ ਮੈਂ ਡੋਣੀ ਕੱਲ ਫਿਰ ਇੱਕ ਵਾਰੀ ਆਏ ਕਰਾਉਂਗੇ ਨਾ ਪਰਸੋਂ ਜਾਣਾ ਨਾ ਪਰਸੋਂ ਜਾਣਾ ਹਾਂ ਪਰਸੋਂ ਕੱਲ ਇੱਕ ਵਾਰੀ ਫਿਰ ਕਰਾਂਗੇ ਕੱਲ ਤਾਂ ਕਰੇ ਸ਼ਾਮੀ ਕਿਨੇ ਦੁਕਾਨ ਬੰਦ ਕਰਦੇ ਸਾਰੇ ਭੰਗੜਿਆਂ ਦਾ ਚੱਕਰ ਹੀ ਵਿਆਹ ਹੀ ਭਾਜੀ ਦੋ ਤਿੰਨ ਘਰ ਦਾ ਵਿਆਹ ਹੀ ਹੁਣ ਇਹ ਬੰਦਾ ਪੱਟੀ ਕਰਾ ਕੇ ਗਿਆ ਉਹ ਵੀ ਹੁਣ ਇਹੋ ਹੀ ਗੱਲ ਕਰਨ ਦਿਆ ਸੀ ਕਹਿੰਦਾ ਸਪਾਈਡਰ ਮੈਨ ਛਾਲ ਮਾਰੋ ਉਹਨਾਂ ਨੂੰ ਯਾਰ ਵਾਰ ਹੈਗਾ ਜੀ ਭਾਈ ਇਹਨੂੰ ਵੀ ਵਾਰ ਕਾਹਦਾ ਉਹਨੂੰ ਕਰਾ ਵਾ ਤੁਹਾਨੂੰ ਕਰਾ ਵਾ ਨਹੀਂ ਇਹਦੇ ਕੋਲ ਯਾਰ ਵਧੀਆ ਮਤਲਬ ਇਹਦੇ ਕੋਲ ਪਹਿਲਾਂ ਵੀ ਕਰਾਈਆਂ ਸੀ ਯਾਰ 3 ਪੱਟੀ ਕਰਾਈ ਸੀ ਇਹਨੇ ਕਿਹਾ ਸੀ 4 ਵਾਰੀ ਕਰਾਉਣੀਆਂ ਫਿਰ ਵਿਆਹ ਦੇ ਵਿੱਚ ਸਕਿੱਪ ਹੋ ਗਈਆਂ ਉਹ ਫਿਰ ਦੁਬਾਰਾ ਯਾਰ ਕੰਮ ਖਰਾਬ ਹੋ ਗਿਆ ਹੁਣ 2-3 ਦਿਨਾਂ ਤੱਕ ਬਾਹਰ ਨਿਕਲਣਾ ਵਾ ਤਾਂ ਅਗਲੇ ਮੈਂ ਕਿਹਾ ਕਰਾ ਲਾਂ ਯਾਰ ਉੱਦਾਂ ਹੀ ਠੀਕ ਹੈ ਯਾਰ ਪਰ ਜ਼ੋਰ ਨਹੀਂ ਵਜਰੋ ਪੌੜੀ ਚੜੀ ਦਾ ਸਟੈਪ ਚੜੀ ਦਾ ਵਾ ਉਹਦਾ ਥੋੜੀ ਪੀੜ ਹੁੰਦੀ ਆ ਗੱਡੀ ਜਦੋਂ ਰਹਿੰਦੇ ਸਾਰਾ ਦਿਨ ਭਾਜੀ ਤੀ ਉਹੀ ਉਹ ਕਹਿੰਦੇ ਮੋੜਨੀ ਨਹੀਂ ਤੇ ਗੱਡੀ ਚਲਾਉਂਦੇ ਨੇ ਨਾ ਆਪਾਂ ਤਾਂ ਕਰਕੇ ਕੋਈ ਚੱਕਰ ਨਹੀਂ ਆ ਹੁਣ ਜਿਹੜੇ ਕੰਮ ਹੀ ਨਿਬੇੜ ਆਏ ਆ 2-3 ਹੈ ਕੰਮ ਅਤੇ ਹੁਣ ਅਸੀਂ ਜਾਣਾ ਰਿਚਾਰਜ ਥੋੜ੍ਹਾ ਬਹੁਤ ਜ਼ਰੂਰੀ ਕੰਮ ਆ ਬਹੁਤ ਜ਼ਿਆਦਾ ਸਭ ਤੋਂ ਜ਼ਰੂਰੀ ਕੰਮ ਉਹੀ ਆ ਸੋ ਨਿਪਟਾ ਕੇ ਆਉਣਾ ਬਈ ਤੀ ਨਾ ਹੱਸਣਗੇ ਦੇ ਜੇ ਕੰਮ ਬੜਾ ਜ਼ਰੂਰੀ ਅੱਜ ਅੰਮ੍ਰਿਤਸਰ ਦਾ ਮੌਸਮ ਇੰਨਾ ਵਧੀਆ ਹੈ ਨਾ ਵੇਲੋ ਗੁੱਡੀਆਂ ਪੱਟੀ ਕਰਾਉਣ ਨੇ ਫਿਰ ਵੀ ਗੁੱਡੀਆਂ ਕਿਸੇ ਦੇ ਸਿਰ 'ਚ ਵੱਜੀ ਮੇਰੇ ਗੁੱਡੀਆਂ ਵਾਲਾ ਮੌਸਮ ਹੋਇਆ ਸਿੰਘਾ ਜੀ ਆਪਣੀ ਕੈਂਡ ਅੱਜ ਹਵਾ ਚੱਲਦੀ ਆ ਮੈਨੂੰ ਡਾ ਫਸਟ ਟਾਈਮ ਮੁੰਡਾ ਮਸ਼ੀਨ ਯੂਜ਼ ਕਰ ਲੱਗਾ ਫੂਡ ਏਟੀਐਮ ਬੈਂਕ 'ਚ 55 ਰੁਪਏ ਨਹੀਂ ਪੈਸੇ ਹੈਗੇ ਆ 80 ਦੀ ਟ੍ਰਾਂਜੈਕਸ਼ਨ ਮਾਰ ਰਿਹਾ ਹੈਗੇ ਓਏ ਉਹ ਜੈ ਕੀ ਕੀਤਾ ਕੀ ਹੋ ਕੀਤਾ ਕੀ ਹੋ ਗਿਆ ਹੋ ਗਿਆ ਕੀਤਾ ਕੀ ਹੋ ਇੱਕ ਬੰਦਾ ਉਹ ਆ ਗਿਆ ਲੈ ਜਾ ਆ ਗਿਆ ਡਿੱਗਾ ਵੇ ਕਿਦਾਂ ਜਾ ਓਏ ਹਾਂ ਚਲੋ ਜੀ ਹੁਣ ਮੂਵੀ ਵੇਖਣਾ ਹੈ ਰਾਤ ਦੇ 11:30 ਵਜੇ ਵਾਰਨਿੰਗ 2 ਕੋਈ ਉਹ ਵੀ ਨਹੀਂ ਲਿਆ ਲੈ ਲੈ ਲਈਏ ਯਾਰ ਦੋ ਕਰਾ ਹਰ ਜੋ ਮਾਰੀ ਲੋਕ ਨਹੀਂ ਦੇਖ ਲੋ ਉਹ ਭਾਈ ਦੇ ਹੈਲਪ ਕਰੋ ਐਸਾ ਕਰੋ ਯਾਰ ਰੋ ਵੇਖ ਹੈਲ ਹੈਲ ਇੱਕ ਦੋ ਪੰਜ ਪੰਜ ਭੈਣ ਰੱਜੇ ਦੇ ਪਰਾਂ ਹੋ ਓਏ ਦੋ ਠੀਕ ਆ ਭਰਾ ਦੋ ਠੀਕ ਆ ਟੁੱਟ ਜਾਂਦਾ ਫਿਰ ਭਾਜੀ ਲਓ ਮੇਰੀ ਜਿਹੜੀ ਆਈ ਹੋਵੇ ਹੋਵੇ ਜਿੰਨੇ ਆ ਸਾਰਾ ਸਮਾਨ ਲਿਆ ਉਹ ਪਾਣੀ ਪੀਣ ਦਿਆ ਬਾਕੀ ਸਾਰੇ ਖਾਣ ਪੀਂਦੇ ਆ ਪਾਣੀ ਦੀ ਬੋਤਲ ਹੀ 50 ਰੁਪਏ ਜੀ ਥੈਂਕ ਯੂ ਪਹਿਲਾਂ ਇੱਥੇ ਵੀ ਪੂਰਾ 12 ਵਾਲਾ ਸਿਸਟਮ ਆ ਗਿਆ ਉਹ ਸਾਫ ਸਾਫ ਸਤੂ ਦੀ ਆ ਦੇਖ ਦੇ ਕੀ ਆ ਓਏ ਉਹ ਟੋਮੈਟੋ ਆ ਬੰਦੇ ਉਹ ਸੋਸਾਂ ਵਾ ਓਏ ਆ ਦੇ ਹੈਗੇ ਪਿਆਜ਼ ਪਾ ਓਏ ਨਾਚੋਸ ਨਾ ਪਿਆਜ਼ ਕੋਣ ਖਾਂਦਾ ਵਾ ਯਾਰ ਯਾਰ ਪਹਿਲਾ ਉਹ ਵੀ ਬੰਡੀ ਆ ਜਿਹੜੀ ਓਏ ਉਹ ਵੇਖੀ ਓਏ ਉਹ ਵੀ ਆ ਕੀ ਹੈ ਨੰਗੋਲ ਆ ਕੀ ਹੈ ਓਏ 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 ਕੀ ਹੈ ਭਲਾ ਕੀ ਹੈ ਕੁਛ ਤੇ ਗਈ ਆ ਹੈਲਪਿਨੋ ਓ ਯਾਰ ਇਹਨਾਂ ਦੇ ਕੱਟੀ ਇਹ ਚਟਨੀ ਆ ਪਾਇਰ ਹਰ ਚੀਜ਼ ਯਾਰ ਇੱਕ ਮਿੰਟ ਸਾਲਸਾ ਮਸਟਰਡ ਓਏ ਉਹ ਰੱਖ ਉੱਥੇ ਯਾਰ ਤੁਹਾਨੂੰ ਵਕਤ ਨਹੀਂ ਹੋਣੀ ਗੇਲੇ ਇੱਕ ਕੋਲੀ ਹੋਰ ਪਈ ਉੱਤੇ ਫੜ ਕੇ ਲਈ ਫੜ ਨਾ ਆ ਫੜ ਓਏ ਆਉਣੀ ਕੱਢ ਕੱਢ ਕਰ ਲਾ ਮਾ
ਚਾ ਬੋਦਾ ਆ ਭਲਾ ਆ ਸਾ ਸਾ ਬਾ ਯਾਰ ਚਲ ਉਹ ਰੱਖਣੀ ਕਿੱਥੇ ਨਹੀਂ ਖਾਣੀ ਹੈਗੀ ਮੈਂ ਨਾ ਖਤਮ ਹੋ ਗਿਆ ਡਾਉਣਾ ਸਾਰੀ ਛੱਡ ਦੇ ਪਰ ਸਿਸਟਮ ਤੇ ਵਧੀਆ ਹੋ ਗਿਆ ਯਾਰ ਤੋ ਬਰਾਵਾ ਤੋ ਕੋਈ ਕੀ ਕਰਦੇ ਓਏ ਉਹ ਪਾਣੀ ਵਾਲੀ ਬੋਤਲ ਚ ਪਾਣੀ ਭਰ ਲਾਗੇ ਤੇ ਬੋਤਲ ਕਿੱਥੇ ਪਾਣੀ ਵਾਲੀ ਯਾਰ ਹੱਦੂ ਹੀ ਇੱਧਰ ਪਾਣੀ ਵਾਲੀ ਬੋਤਲ ਕਿੱਥੇ ਇਹ ਬਣਾਏ ਛੱਡੀ ਆ ਜੇ ਹੱਥ ਕੜੀ ਨਹੀਂ ਖੋਲਣੀ ਤਾਂ ਮੂਤ ਮਾਤ ਹੀ ਕਰਾ ਦਿਓ ਯਾਰ ਆਹ ਵਲੋਗ ਸ਼ੁਰੂ ਕੀਤਿਆਂ ਨੂੰ ਤਿੰਨ ਦਿਨ ਹੋ ਗਿਆ ਵਿਆਹ ਤਾਂ ਸ਼ੁਰੂ ਕੀਤਾ ਇੰਨਾ ਵਿਆਹ ਤਾਂ ਕੰਪਲੀਟ ਹੋਇਆ ਨਾ ਕੱਲ੍ਹ ਹੋਇਆ ਕੱਲ੍ਹ ਰਾਤੀ ਐਵੇਂ ਯਾਰ ਸਾਡੇ ਨੂੰ ਪਲੈਨ ਬਣ ਗਿਆ ਯਾਰ ਦੋਸਤ ਦਾ ਵਿਆਹ ਸੀ ਉਹਨੇ ਡੱਬੇ ਦੇਣੇ ਸੀ ਫਿਰ ਆਪਾਂ ਰੀਤਾਂ ਵੀ ਗਏ ਉੱਥੇ ਖਲੋਤੇ ਖਲੋਤੇ ਵਾਰਨਿੰਗ ਤੂੰ ਵੇਖਣ ਦਾ ਪਲੈਨ ਬਣ ਗਿਆ ਫਿਰ ਉਹ ਵੇਖ ਕੇ ਆਏ ਹਾਂ ਅਤੇ ਹੁਣ ਜਿਹੜੇ ਥੋੜ੍ਹੀ ਕਰੰਸੀ ਐਕਸਚੇਂਜ ਕਰਾਉਣੀ ਹੈ ਡੋਲਰ ਮਿਲ ਨਹੀਂ ਰਹੇ ਸੀ ਸੋ ਅੱਜ ਉਹ ਮਿਲਣੇ ਆ ਅਤੇ ਬੈਗ ਸਹੀ ਕਰਾਉਣਾ ਇੱਕ ਜੇ ਸਹੀ ਹੋ ਗਿਆ ਠੀਕ ਆ ਨਹੀਂ ਤਾਂ ਨਵਾਂ ਲੈਣਾ ਪੈਣਾ ਯਾਰ ਇਹ ਨਾ ਉਹ ਹੈਂਡਲ ਟੁੱਟ ਗਿਆ ਯਾਰ ਮੈਂ ਇੱਦਾਂ ਨਾ ਏਅਰਪੋਰਟ ਤੋਂ ਖਿੱਚਿਆ ਫੜ ਕੇ ਅਤੇ ਉਹ ਹੱਥ 'ਚ ਆ ਗਿਆ ਬੜੀ ਮੁਸ਼ਕਲ ਲੈ ਕੇ ਆਇਆ ਸੀ ਉਦੋਂ ਮੈਂ ਹੁਣ ਬੈਗ ਸਹੀ ਕਰਾਉਣਾ ਵਾ ਕਰੰਸੀ ਐਕਸਚੇਂਜ ਕਰਾਉਣੀ ਆ ਅਤੇ ਫਿਰ ਹਾਲ ਬਿਆਰ ਜਾਣਾ ਵਾ ਐਕਟੀਵਾ ਚੱਕ ਕੇ ਬੜੇ ਕੰਮ ਬਟ ਯਾਰ ਅੱਜ ਅੰਮ੍ਰਿਤਸਰ ਦਾ ਮੌਸਮ ਇੰਨਾ ਵਧੀਆ ਹੋਣਾ ਸਵੇਰੇ ਸਵੇਰੇ ਇੰਨਾ ਮੀਂਹ ਪਿਆ ਵਾ ਇੱਕਦਮ ਘੈਂਟ ਮੌਸਮ ਹੋ ਗਿਆ ਨਜ਼ਾਰਾ ਆ ਗਿਆ ਯਾਰ ਮੀਂਹ ਦਾ ਹਾਲੇ ਕੁਛ ਪਤਾ ਨਹੀਂ ਹੁਣੇ ਸਟਾਰਟ ਹੋਏ ਭਾਵੇਂ ਪਰ ਘੈਂਟ ਮੌਸਮ ਹੋ ਗਿਆ ਲੈ ਮੌਸਮ ਚੈੱਕ ਕਰੋ ਤੁਸੀਂ ਬਾਹਰ ਮੌਸਮ ਐਂਡ USD ਕਾਫੀ ਵੱਧ ਗਿਆ ਨਾ 85.5 ਮਿਲਿਆ ਵਾ ਯਾਰ ਕੱਲ 81 ਸੀ 83 83 ਚਲੋ ਯੂਟਿਊਬਰਾਂ ਨੂੰ ਤਾਂ ਫਾਇਦਾ ਹੀ ਆ ਪਰ ਇਹ ਜਦੋਂ ਬਾਏ ਕਰਨੇ ਹੁੰਦੇ ਫਿਰ ਉਦੋਂ ਥੋੜ੍ਹਾ ਨੁਕਸਾਨ ਹੋ ਜਾਂਦਾ ਰੁਪਏ ਡੋਲਰ ਇਹ ਵੀ ਹੋਰ ਆਉਣ ਵਾਲੇ 2-4 ਸਾਲਾਂ ਤੱਕ 100 ਤੱਕ ਪਹੁੰਚ ਜਾਣਾ ਵਾ ਇਹਦਾ ਮੈਨੂੰ ਲੱਗਦਾ ਵਾ ਪਹੁੰਚ ਗਿਆ ਸੀ ਜਦੋਂ ਪਾਉਂਡ ਨਹੀਂ ਡਿੱਗਾ ਆਹੋ ਉਦੋਂ ਤਾਂ ਪਹੁੰਚ ਗਿਆ ਸੀ 91 ਤੱਕ ਪਹੁੰਚ ਗਿਆ ਨਹੀਂ 91 ਨਹੀਂ 89 ਤੱਕ ਪਹੁੰਚ ਗਿਆ 90 ਨਹੀਂ ਕ੍ਰੋਸ ਕੀਤਾ ਹਾਲ ਤੱਕ ਪਰ ਸਟਾਰਟਿੰਗ ਪਤਾ ਕਿੱਥੋਂ ਜਿੱਥੋਂ ਮੈਂ ਨੋਟਿਸ ਕਰਨਾ ਸਟਾਰਟ ਕੀਤਾ ਸੀ ਉਦੋਂ 65 ਰੁਪਏ ਸੀ 65-67 ਸੀ ਹੁਣ 20 ਰੁਪਏ ਵੱਧ ਗਿਆ ਵੇਖ ਲਓ ਆਹੀ 4-5 ਸਾਲਾਂ ਦੇ ਵਿੱਚ ਹੀ ਅਤੇ ਨੋਟ ਆਪਾਂ ਲਿਆ ਥੋੜ੍ਹੇ ਨਵੇਂ ਕਿਉਂਕਿ ਜਿਹੜੇ ਪੁਰਾਣੇ ਨੋਟ ਆ ਉਹ ਸਿਰਫ USA ਚੱਲਦੇ ਆ ਅਤੇ ਆਹ ਨਵੇਂ ਨੋਟ ਆ ਸਾਰੇ ਆ ਨਹੀਂ ਪੁਰਾਣੇ ਨਹੀਂ ਆਹ ਚੱਲ ਜਾਂਦੇ ਆ ਥੋੜ੍ਹੇ 50 ਦੇ ਥੋੜ੍ਹੇ 20 ਦੇ ਆ ਪਰ USD ਜਿਹੜਾ ਡਾਲਰ ਨਾਲ ਬੜਾ ਘੈਂਟ ਵਾ ਇਹੀ ਮੈਨੂੰ ਕਰੰਸੀ ਦੇਖਣਾ ਬੜਾ ਚਾਅ ਆ ਯਾਰ ਜੇ ਦੁਬਈ ਗਈ ਸੀ ਉਦੋਂ ਵੀ ਚੇਂਜ ਕਰਾਈ ਸੀ ਇਹ ਦੁਬਈ 'ਚ ਵੀ ਆ USD ਚੱਲ ਜਾਂਦੇ ਆ ਅਤੇ ਜਿੱਥੇ ਹੀ ਜਾ ਰਹੇ ਹਾਂ ਉੱਥੇ ਵੀ USD ਚੱਲਣੇ ਇਮੀਗ੍ਰੇਸ਼ਨ ਦਿਖਾਉਣੇ ਪੈਣੇ ਆ ਬਾਈ ਕਾਰਡ ਕੂਡ ਤਾਂ ਹੈ ਹੀ ਆ ਪਰ ਥੋੜ੍ਹਾ ਕੈਸ਼ ਵੀ ਦਿਖਾਉਣਾ ਪੈਂਦਾ ਵਾ ਕਿੰਨੀ ਵੈਲਿਊ ਯਾਰ ਆ ਨੋਟ ਦੀ ਦੇਖ ਲਾ ਜਿਹੜਾ ਮੇਰਾ ਬੈਗ ਆ ਯਾਰ ਉਹ ਹੈਗਾ ਅਮੈਰੀਕਨ ਟੂਰਿਸਟਰ ਦਾ ਅਤੇ ਉਹਦੇ ਜਿਹੜੇ ਨਾ ਉਹ ਹੈਂਡਲ ਸੀ ਉਹ ਜਦੋਂ ਟੁੱਟਿਆ ਸੀ ਉੱਥੇ ਛੱਡ ਆਏ ਉਹ ਕਹਿੰਦੇ ਜੇ ਹੈਂਡਲ ਹੁੰਦਾ ਤਾਂ ਛੇਤੀ ਰਿਪੇਅਰ ਹੋ ਜਾਣਾ ਸੀ ਅਤੇ ਬੈਗ ਬਹੁਤ ਵਧੀਆ ਯਾਰ 2 ਸਾਲ ਪਹਿਲਾਂ ਰਿਹਾ ਸੀ ਮੈਂ ਅਤੇ ਉਹ ਕਹਿੰਦੇ ਕਿ ਉਹ ਅੱਧੇ ਘੰਟੇ ਤੱਕ ਦੱਸਦੇ ਆ ਜੇ ਹੋ ਗਿਆ ਠੀਕ ਆ ਨਹੀਂ ਤਾਂ ਫਿਰ ਸਤਿ ਸ਼੍ਰੀ ਅਕਾਲ ਹੁਣ ਯਾਰ ਆਏ ਸੀ ਇੱਧਰ ਚੰਨੀ ਭਾਈ ਹੋਣਾ ਕੋ ਟਰਾਈਪੋਡ ਲੈਣ ਵਾਸਤੇ ਜਿਹੜਾ ਮੇਰਾ ਪੁਰਾਣਾ ਟਰਾਈਪੋਡ ਸੀ ਨਾ ਇੱਕ ਤਾਂ ਆਸਟ੍ਰੇਲੀਆ ਰਹਿ ਗਿਆ ਸੀ ਇੱਕ ਹਰਪਾਲ ਕੋਲ ਸੀ ਇੱਕ ਇੰਦਰ ਭਾਈ ਕੋਲ ਸੀ ਹੁਣ ਜਿਹੜਾ ਮੈਂ ਟਰਾਈਪੋਡ ਲਿਆ ਵਾ ਅਤੇ ਉਹ ਹੈਗਾ ਸੀ ਮੈਟਲ ਦਾ ਯਾਰ ਉਹਦੇ ਨਾਲ ਗ੍ਰਿਪ ਬੜੀ ਵਧੀਆ ਬਣਦੀ ਸੀ ਅਤੇ ਅੱਜ ਮੈਨੂੰ ਮਿਲਿਆ ਆਹ ਵਾਲਾ ਪਲਾਸਟਿਕ ਦਾ ਉਹ ਮੈਟਲ ਵਾਲੇ ਸਾਰੇ ਖਤਮ ਹੋ ਗਏ ਆ ਪਰ ਇਹ ਕਿ ਚਲੋ ਇਹਨਾਂ ਕੰਮ ਚੱਲ ਜੂਗਾ ਗਜਾਰੇਗਾ ਉਹ ਵੀਡੀਓ ਬਣੀ ਜਾਂਦੀ ਯਾਰ ਉਹ ਜੋਇਨ ਆ ਜਾਂਦਾ ਨਾ ਵਿੱਚ ਹੋਟਸਪੋਟ ਟਾਈਮ ਪਾਸ ਸਹੀ ਹੈ ਯਾਰ ਇਹ ਵੀ 1200 ਦਾ ਆਇਆ ਸੀ ਪਲਾਸਟਿਕ ਦਾ ਪਤਾ ਨਹੀਂ ਕਿਹਦੇ ਹੱਥ ਜਾਣਾ ਸਹੀ ਗੱਲ ਇਹ ਪਰ ਲੈ ਜਾਣਾ ਅਤੇ ਚਲੋ ਜੀ ਇੱਥੇ ਅੰਮ੍ਰਿਤਸਰ ਦੇ ਵਿੱਚ ਕਈ ਰਿਕਸ਼ੇ ਅਤੇ ਕਈ ਆ ਬੈਟਰੀ ਰਿਕਸ਼ੇ ਵਾਲਿਆਂ ਨੇ ਫ੍ਰੀ ਸੇਵਾ ਲਾਈ ਹੋਈ ਆ ਜਿਵੇਂ ਸਾਹਮਣੇ ਆ ਜੀ ਸ਼ਹੀਦਾਂ ਸਾਹਿਬ ਲਈ ਫ੍ਰੀ ਸੇਵਾ ਚਾਹੇ ਬੱਸ ਸਟੈਂਡ ਹੋਵੇ ਚਾਹੇ ਸਟੇਸ਼ਨ ਹੋਵੇ ਜਿੱਥੇ ਤੁਹਾਨੂੰ ਰਿਕਸ਼ਾ ਮਿਲੇ ਤੁਸੀਂ ਇੱਥੇ ਬੈਠ ਕੇ ਸ਼ਹੀਦਾਂ ਸਾਹਿਬ ਜਾ ਸਕਦੇ ਹੋ ਕੋਈ ਪੈਸਾ ਨਹੀਂ ਦੇਖ ਲਓ ਰਿਕਸ਼ੇ ਵਾਲੇ ਵੀ ਆਪਣਾ ਕੰਟਰੀਬਿਊਟ ਦਿੰਦੇ ਆ ਸੇਵਾ ਦੇ ਵਿੱਚ ਇੱਕ ਅੰਕਲ ਵੀ ਹੈਗੇ ਆ ਆਟੋ 'ਤੇ ਉਹ ਸਟੇਸ਼ਨ ਤੋਂ ਆਟੋ ਚਲਾਉਂਦੇ ਆ ਮਤਲਬ ਉਹ ਦਰਬਾਰ ਸਾਹਿਬ ਲੈ ਕੇ ਜਾਂਦੇ ਆ ਸ਼ਹੀਦਾਂ ਸਾਹਿਬ ਲੈ ਕੇ ਜਾਂਦੇ ਆ ਸੋ ਉੱਥੇ ਅੰਮ੍ਰਿਤਸਰ ਦੇ ਵਿੱਚ ਦੇਖ ਲਓ ਯਾਰ ਦਿਲ ਵੱਡਾ ਹੋਣਾ ਚਾਹੀਦਾ ਹੈ ਨਾ ਕਿਆ ਬਾਤ ਬਾਪੂ ਜੀ
ਯਾਰ ਆਪਾਂ ਬੈਗ ਰਿਪੇਅਰ ਕਰਾਉਣਾ ਸੀ, ਇਹ ਤਾਂ ਹੋ ਗਿਆ, ਪਰ ਇਹਨਾਂ ਨੇ ਆ ਵੇਖੇ ਯਾਰ ਪਰਪਲ 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 ਕਲਰ ਦਾ ਇੰਨਾ ਵਹਿ ਰਹਿਣਾ ਯਾਰ ਆ ਦੇਖਿਓ, ਤਾਂ ਕਰਕੇ ਫਿਰ ਯਾਰ ਨਵੇਂ ਬੈਗ ਲੈ ਦਿਓ, ਇੱਕ ਛੋਟਾ ਕੈਬਨ ਬੈਗ ਲੈ ਲਿਆ ਵਾ, ਇੱਕ ਆ 30 ਕਿਲੋ ਵਾਲਾ ਲੈ ਲਿਆ ਵਾ ਨਵਾਂ। ਚਲੋ ਓਏ ਓਏ ਹੁਣੇ ਰਿਪੇਅਰ ਕਰਾਇਆ, ਹੁਣੇ ਸਹੀ ਗੱਲ ਯਾਰ ਲੈਣੇ ਪੈਣੇ ਬੈਗ, ਉਹ ਸਾਰਾ ਖਰਾਬ ਹੋ ਗਿਆ, ਜਦੋਂ ਸਹੀ ਹੋ ਜਾਂਦਾ ਨਾ ਬਲੈਕ ਰੰਗ ਲੱਗ ਜਾਂਦਾ ਤਾਂ ਉਹ ਲੈਣਾ ਸੀ, ਹੁਣ ਆਹੀ ਚੱਲਣ ਦੇ। ਇਹ ਅਮੈਰੀਕਨ ਟੂਰਿਸਟਰ ਦਾ ਵਾ, ਮਿੱਤਰੋ ਇੰਟਰਨੈਸ਼ਨਲ ਟ੍ਰਿਪ ਲਈ ਸਾਰਾ ਸਮਾਨ ਪੈਕ ਕਰ ਲਿਆ ਵਾ, ਠੀਕ ਆ, ਰਸਤੇ ਦਾ ਪੂਰਾ ਪ੍ਰਬੰਧ ਆ, ਇੱਧਰ ਗੁੜ ਵਾਲੇ, ਇੱਧਰ ਮੱਠੀਆਂ, ਨਾਲ ਸ਼ੱਕਰ ਪਾਰੇ ਆ, ਨਾਲ ਬੂੰਦੀ। ਆਹ ਬੰਦ ਕਰਦੀ ਫਿਲਰ ਨੇ ਹਲੇ ਪੂਰੀ, ਐਵੇਂ ਏਅਰਪੋਰਟ ਦੇ ਬਾਰੇ ਤੰਗ ਕਰਨਗੇ ਨਾ ਇਮੀਗ੍ਰੇਸ਼ਨ ਵਾਲੇ ਯਾਰ, ਉਹਨਾਂ ਨੂੰ ਖਵਾ ਦਿਓ ਮਾੜੀ ਜੀ, ਉਹ ਚੱਲ ਟੇਸਟ ਕਰਾ ਲਈ ਮਾ। ਇੱਧਰ ਰੱਖ ਦੋ ਠੀਕ ਆ, ਬਸ ਠੀਕ ਆ, ਚਲੋ ਭਾਈ ਆ ਲੈ ਇਹਨੂੰ, ਇਹਨੂੰ ਕਰ ਜੇ ਮੈਨੂੰ ਬੰਦ, ਚਲੋ ਆਲ ਡਨ, ਬਸ ਪੈਕਿੰਗ ਡਨ ਆ ਜੀ, ਕੱਪੜੇ ਉੱਥੇ ਅਗਲੇ ਲਾਂਗੇ।